ਮੁਕਤੇਸ਼ਵਰ ਧਾਮ ਜਿੱਥੇ ਹਰ ਸਾਲ ਦੀ ਤਰ੍ਹਾਂ 9ਵੀਂ 10ਵੀਂ ਜਿਹੜੀ ਬੜੀ ਸ਼ਰਧਾ ਦੇ ਨਾਲ ਸਾਰੇ ਇਲਾਕੇ ਵੱਲੋਂ ਔਰ ਖਾਸ ਤੌਰ 'ਤੇ ਸਾਡੇ ਜਿਹੜਾ ਹਰਿਮੰਦਰ ਦਾ ਟਰੱਸਟ ਹੈ ਪਵਨ ਕੁਮਾਰ ਪੰਮਾ ਜੀ ਪ੍ਰਧਾਨ ਜੀ ਦੀ ਔਰ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਜਿਹੜਾ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ। ਇਸੇ ਤਰ੍ਹਾਂ ਗੁਰੂ ਘਰ ਦੇ ਵਿੱਚ ਵੀ ਬਹੁਤ ਸ਼ਰਧਾ ਦੇ ਨਾਲ ਇਹ ਜਿਹੜਾ ਧਰਮ ਸਥਾਨ ਆ ਸਾਰੀ ਦੁਨੀਆ ਦੇ ਉੱਤੇ ਬਹੁਤ ਇੱਕ ਅਹਿਮੀਅਤ ਰੱਖਦਾ। ਸੋ ਮੈਂ ਆਪਣੇ ਵੱਲੋਂ ਹਲਕਾ ਸ਼੍ਰੀ ਹਰਗੋਬਿੰਦਪੁਰ ਵੱਲੋਂ ਦਾਸ ਹੋਣ ਦੇ ਨਾਤੇ ਜਿੱਥੇ ਅੱਜ ਭਾਰੀ ਖੁਸ਼ੀ ਦੀ ਪਾਈ ਜਾ ਰਹੀ ਹੈ ਸੰਗਤਾਂ ਦੇ ਵਿੱਚ, ਇਸ ਦਿਨ 'ਤੇ ਜਿਹੜਾ ਸ਼ਨੀਵਾਰ ਸਵੇਰੇ 9ਵੀਂ ਸ਼ੁਰੂ ਮੇਲਾ 9ਵੀਂ ਜਿਹੜੀ ਸਾਡੀ ਸ਼ੁਰੂ ਹੋ ਰਹੀ ਹੈ ਉਹਦੇ 'ਤੇ ਪੂਰੀ ਜਿਹੜੀ ਹੈ ਆਪਣਾ ਛੁੱਟੀ ਜਿਹੜੀ ਹੈ ਮੁਕੰਮਲ ਸਬ ਡਿਵੀਜ਼ਨ ਦੀ ਕੀਤੀ ਗਈ ਹੈ। ਸੋ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਨਾਲ ਗੱਲ ਹੋ ਚੁੱਕੀ ਹੈ। ਸੋ ਸਾਰੇ ਹੀ ਔਫੀਸਰ ਸਾਹਿਬਾਨਾਂ ਨੂੰ ਬੇਨਤੀ ਕੀਤੀ ਹੈ ਕਿ ਇਸ ਦਿਨ ਬਿਲਕੁਲ ਛੁੱਟੀ ਆਪਣਾ ਛੁੱਟੀ ਕਰਕੇ ਆਪਣਾ ਗੁਰੂ ਸਾਹਿਬ ਦੀ ਜਿਹੜੀ ਹਾਜ਼ਰੀ ਇੱਥੇ ਭਰਨ 'ਤੇ ਆਪਣੀਆਂ ਖੁਸ਼ੀਆਂ ਪ੍ਰਾਪਤ।